ਜੀ ਰਾਤ ਅਸੀਂ ਇਹਨਾਂ ਮੰਜਿਆਂ ਦੇ ਉੱਤੇ ਪਏ ਸੀ, ਥੋੜ੍ਹਾ ਜਿਹਾ ਇੰਨੀ ਕੁ ਥਾਂ ਤੋਂ ਆਕਸੀਜਨ ਵਾਲਾ ਪਾਸਾ ਛੱਡ ਲਿਆ ਅਤੇ ਪੋਖਰਨ ਸਾਰੇ ਸ਼ਹਿਰ ਦੇ ਵਿੱਚ ਵੀ ਕਿਸੇ ਦੇ ਘਰੇ ਪਾਣੀ ਨਹੀਂ ਆਉਂਦਾ। ਤੁਸੀਂ ਜਗ੍ਹਾ ਦੇਖ ਰਹੇ ਹੋ, ਇੱਥੇ ਉਹ ਪਰਮਾਣੂ ਬੰਬ ਦਾ ਟੈਸਟ ਹੋਇਆ ਹੋਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੇ ਹਾਂ ਨਵੇਂ ਬਲੌਗ ਨਵੀਂ ਵੀਡੀਓ ਦੇ ਵਿੱਚ। ਅੱਜ ਅਸੀਂ ਖੜ੍ਹੇ ਹਾਂ ਜੀ ਜੈਸਲਮੇਰ ਜ਼ਿਲ੍ਹੇ ਦੇ ਵਿੱਚ। ਰਾਜਸਥਾਨ ਦਾ ਸਭ ਤੋਂ ਵੱਡਾ ਜ਼ਿਲ੍ਹਾ ਇਹ ਜੈਸਲਮੇਰ, ਅਤੇ ਉਸ ਤੋਂ ਪਹਿਲਾਂ ਅਸੀਂ ਖੜ੍ਹੇ ਹਾਂ ਇੱਥੇ ਪੋਖਰਾਨ ਦੇ ਵਿੱਚ। ਅਤੇ ਪੋਖਰਾਨ ਇੱਥੇ ਬਹੁਤ ਮਸ਼ਹੂਰ ਸ਼ਹਿਰ ਹੈ, ਜਿਹਨੂੰ ਕਿ ਪੋਖਰਨ ਵੀ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਉੱਥੋਂ ਦਾ ਇਤਿਹਾਸ ਜੁੜਿਆ ਹੋਇਆ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਇੱਕ ਨਾ ਪੋਖਰਾਨ ਤੋਂ ਪਹਿਲਾਂ 15-20 ਕਿਲੋਮੀਟਰ ਪਹਿਲਾਂ ਇੱਕ ਜਗ੍ਹਾ ਆਉਂਦੀ ਹੈ, ਜਗ੍ਹਾ ਦਾ ਨਾਮ ਹੈਗਾ ਖੇਤੋ ਲਾਈ। ਜਗ੍ਹਾ ਦਾ ਨਾਮ ਹੈਗਾ ਖੇਤੋ ਲਾਈ। ਇਹ ਜਿਹੜੀ ਜਗ੍ਹਾ ਨਾ, ਇਹ ਉਹ ਜਗ੍ਹਾ ਜਿੱਥੇ ਕਿ ਅਟਲ ਬਿਹਾਰੀ ਵਾਜਪਾਈ ਅਤੇ ਆਪਣੇ ਨਾਲ APJ ਅਬਦੁਲ ਕਲਾਮ ਜਿਹੜੇ ਹੈਗੇ ਸੀ, ਹੈ ਨਾ, ਜਿਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਸੀ, ਉਹਨਾਂ ਨੇ ਪਰਮਾਣੂ ਬੰਬ ਦਾ ਇੱਥੇ ਟੈਸਟ ਕੀਤਾ ਸੀ। ਕਿਉਂਕਿ ਪਰਮਾਣੂ ਬੰਬ ਦਾ ਟੈਸਟ ਕਰਨਾ ਜਾਂ ਪਰਮਾਣੂ ਬੰਬ ਬਣਾਉਣਾ, ਠੀਕ ਆ, ਇਹ ਅਲਾਊਡ ਨਹੀਂ ਹੈਗਾ। ਜਿਹੜਾ ਇਹਨਾਂ ਦਾ ਸੰਗਠਨ ਬਣਿਆ ਹੁੰਦਾ UN ਦੇ ਅੰਡਰ, ਠੀਕ ਆ। ਹੁਣ ਅਮੈਰੀਕਾ ਜਿਹੜਾ ਹੈਗਾ, ਅਮੈਰੀਕਾ ਕੀ ਕਰਦਾ ਕਿ ਅਮੈਰੀਕਾ ਸੈਟੇਲਾਈਟ ਦੇ ਥਰੂ ਨਾ ਸਾਰੀ ਦੁਨੀਆ ਦੇ ਉੱਤੇ ਨਜ਼ਰ ਰੱਖਦਾ। ਇੱਥੇ ਉਹਨਾਂ ਨੇ ਪਰਮਾਣੂ ਬੰਬ ਦਾ ਟੈਸਟ ਕੀਤਾ ਸੀ ਸੈਟੇਲਾਈਟ ਤੋਂ ਲੁੱਕ ਕੇ। ਜਦੋਂ ਸੈਟੇਲਾਈਟ ਕੰਮ ਕਰਦੀ ਸੀ, ਹੈ ਨਾ, ਚੱਲਦੀ ਸੀ, ਉਦੋਂ ਇਹ ਆਪਦਾ ਕੰਮ ਬੰਦ ਕਰ ਦਿੰਦੇ ਸੀ ਜੋ ਸੈਟੇਲਾਈਟ ਦੀ ਟਾਈਮਿੰਗ ਦੇ ਅਕੋਰਡਿੰਗ ਇਹ ਕੰਮ ਕਰਦੇ ਰਹੇ। ਇਹ ਜਿਹੜੀ ਤੁਸੀਂ ਪਿੱਛੇ ਜਗ੍ਹਾ ਦੇਖ ਰਹੇ ਹੋ ਨਾ ਇੱਧਰਲੇ ਪਾਸੇ, ਜਾਂ ਫਿਰ ਮੇਰੇ ਪਿਛਲੇ ਪਾਸੇ ਇੱਧਰ ਤੁਸੀਂ ਜਗ੍ਹਾ ਦੇਖ ਰਹੇ ਹੋ, ਇੱਥੇ ਉਹ ਪਰਮਾਣੂ ਬੰਬ ਦਾ ਟੈਸਟ ਹੋਇਆ ਹੋਇਆ, ਠੀਕ ਆ। ਅਤੇ ਉਹ ਪਰਮਾਣੂ ਬੰਬ ਇੰਨਾ ਕੁ ਖਤਰਨਾਕ ਹੁੰਦਾ ਨਾ, ਜੈਸੇ ਜਿਵੇਂ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਚੱਲਿਆ ਸੀ ਨਾ ਜਪਾਨ ਦੇ ਵਿੱਚ, ਹਜੇ ਤੱਕ ਵੀ ਉਹਨਾਂ ਨੇ ਨਸਲਾਂ ਤਬਾਹ ਕੀਤੀਆਂ ਹੋਈਆਂ ਸੀ ਉਹ ਪਰਮਾਣੂ ਬੰਬ ਨੇ, ਹਜੇ ਤੱਕ ਵੀ ਲੋਕ ਉੱਥੇ ਲੁੱਲੇ ਲੰਘੜੇ ਪੈਦਾ ਹੁੰਦੇ ਨੇ। ਇਹਨਾਂ ਨੇ ਜਿਹੜਾ ਇਹ ਪਰਮਾਣੂ ਬੰਬ ਆ ਨਾ ਇੱਥੇ ਜ਼ਮੀਨ ਦੇ ਵਿੱਚ ਗੱਡ ਕੇ ਫਿਰ ਇਹਨਾਂ ਨੇ ਪਰਮਾਣੂ ਬੰਬ ਦਾ ਟੈਸਟ ਕੀਤਾ ਸੀ। ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਕਿ ਪੋਖਰਨ ਸਾਰੇ ਸ਼ਹਿਰ ਦੇ ਵਿੱਚ ਵੀ ਕਿਸੇ ਦੇ ਘਰੇ ਪਾਣੀ ਨਹੀਂ ਆਉਂਦਾ, ਨਾ ਕੋਈ ਟੂਟੀ ਦੇ ਵਿੱਚ ਪਾਣੀ ਆਉਂਦਾ, ਨਾ ਕਿਸੇ ਦੇ ਘਰੇ ਕੋਈ ਬੋਰ ਆ। ਉਹਨਾਂ ਨੂੰ ਪਾਣੀ ਲਿਆਉਣ ਵਾਸਤੇ ਨਾ 5 ਕਿਲੋਮੀਟਰ ਦੂਰ 'ਚ ਜਾਣਾ ਪੈਂਦਾ ਉਹਦੇ ਸ਼ਹਿਰ ਤੋਂ। ਜਿਹੜਾ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਆ ਨਾ, ਉੱਥੇ ਵੀ ਕੋਈ ਵੀ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ। ਉਹਨਾਂ ਨੂੰ ਪਾਣੀ ਲਿਆਉਣ ਵਾਸਤੇ ਟੈਂਕਰ ਭਰਨ ਵਾਸਤੇ 5 ਕਿਲੋਮੀਟਰ ਦੂਰ ਜਾਣਾ ਪੈਂਦਾ ਸ਼ਹਿਰ ਤੋਂ। ਪਾਣੀ ਤਾਂ ਉੱਥੇ ਫ੍ਰੀ ਮਿਲਦਾ, ਪਰ ਤੁਸੀਂ ਗੱਡੀਆਂ ਗੁੱਡੀਆਂ ਮੋਟਰਸਾਈਕਲ ਸਕੂਟਰੀਆਂ ਲੈ ਕੇ ਜਾਂਦੇ ਜਾਂ ਕੁਛ ਵੀ, ਉਹਦਾ ਤੇਲ ਦਾ ਖਰਚਾ ਹੁੰਦਾ ਸਾਰਾ ਉਹ। ਅਤੇ ਉੱਥੇ ਨਾ ਘੱਟੋ ਘੱਟ 3-4 ਕਿੱਲਿਆਂ ਦੇ ਵਿੱਚ ਕਹਿੰਦੇ ਇੱਕ ਟੈਂਕ ਲੱਗਿਆ ਹੋਇਆ, ਬਹੁਤ ਵੱਡਾ, ਨਹਿਰ ਦਾ ਪਾਣੀ ਉਹਦੇ ਵਿੱਚ ਸਟੋਰ ਕਰ ਲੈਂਦੇ ਨੇ, ਠੀਕ ਆ। 12 ਮਿੰਟਾਂ ਦੇ ਵਿੱਚ 12,000 ਲੀਟਰ ਵਾਲਾ ਟੈਂਕਰ ਭਰ ਦਿੰਦੇ ਨੇ। ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਟੈਂਕਰ ਸੀ, ਉਹ ਵੀ ਉੱਥੋਂ ਜਾਂਦੇ ਨੇ ਟੈਂਕਰ ਸਵੇਰੇ ਭਰ ਕੇ ਲੈ ਕੇ ਆਉਂਦੇ ਨੇ, ਸਾਰਾ ਸ਼ਹਿਰ ਹੀ ਐਂ ਕਰਦਾ। ਜੇ ਤੁਸੀਂ ਪਾਣੀ ਆਪਦਾ ਘਰੇ ਮੁਕਾ ਲੈਂਦੇ ਹੋ ਤਾਂ ਤੁਹਾਨੂੰ ਘੱਟੋ ਘੱਟ 5 ਕਿਲੋਮੀਟਰ ਫਿਰ ਜਾਣਾ ਪੈਂਦਾ ਪਾਣੀ ਲੈਣ ਵਾਸਤੇ। ਇੰਨੀ ਕਿੱਲਤ ਇੱਥੇ ਪਾਣੀ ਦੀ। ਜੈਸਲਮੇਰ ਦੀ ਤੁਹਾਨੂੰ ਮੈਂ ਗੱਲ ਕਰ ਰਿਹਾ ਅਤੇ ਪੋਖਰਨ ਸ਼ਹਿਰ ਦੀ ਗੱਲ ਕਰ ਰਹੇ ਹਾਂ, ਠੀਕ ਆ, ਵੀ ਜਿੱਥੇ ਪਾਣੀ ਮੁੱਲ ਵਿਕਦਾ ਤਾਂ ਪਾਣੀ ਬਚਾਉਣਾ ਵੀ ਚਾਹੀਦਾ ਨਹੀਂ। ਪੰਜਾਬ ਦੇ ਹਾਲਾਤ ਵੀ ਆਉਣ ਵਾਲੇ ਟਾਈਮ 'ਚ ਇਹੋ ਜਿਹੇ ਹੋ ਜਾਣਗੇ। ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਅਤੇ ਸਾਰੀ ਵੀਡੀਓ ਸ਼ੁਰੂ ਕਰਦੇ ਹਾਂ ਗੁਰਦੁਆਰਾ ਸਾਹਿਬ ਤੋਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹ ਪਰਮਾਣੂ ਬੰਬ ਦਾ ਟੈਸਟ ਹੋਇਆ ਸੀ ਨਾ, ਬਹੁਤ ਵੱਡਾ ਟੋਆ ਪੈ ਗਿਆ ਸੀ, ਦੇਰ ਵਾਜ਼ ਬਿੱਗ ਟੋਆ ਇਹਦਾ ਸੜਕ, ਠੀਕ ਆ, ਬਹੁਤ ਵੱਡਾ ਉੱਥੇ ਟੋਆ ਪੈ ਗਿਆ ਸੀ। ਅਤੇ ਉਹ ਟੋਏ 'ਤੇ ਕਹਿੰਦੇ ਹੁਣ ਗੌਰਮੈਂਟ ਦੇ ਅੰਡਰ ਹਰੇਕ ਬੰਦਾ ਉੱਥੇ ਜਾ ਨਹੀਂ ਸਕਦਾ, ਅਤੇ ਇਹ ਲੈਣ ਕਿਹਨੇ ਗਈ ਸੀ ਦੇਰ ਵਾਜ਼ ਬਿੱਗ ਟੋਆ ਇਹਦਾ ਸੜਕ, ਇਹ ਵੀ ਤੁਸੀਂ ਜ਼ਰੂਰ ਦੱਸਿਓ। ਇਹ ਸਾਰੀ ਇੱਧਰ ਜੈਸਲਮੇਰ ਨਾ ਯਾਰ ਬਹੁਤ ਖੁੱਲ੍ਹਾ, ਤਾਂ ਕਰਕੇ ਇੱਧਰ ਪਰਮਾਣੂ ਦਾ ਟੈਸਟ ਹੋਇਆ ਸੀ। 100-100 ਕਿਲੋਮੀਟਰ ਦੇ ਤੱਕ ਵੀ ਤੁਹਾਨੂੰ ਕੋਈ ਦਰਖਤ ਨਹੀਂ ਦਿਖੇਗਾ, ਛਾਂ, ਮਤਲਬ ਆਰਾਮ ਕਰਨ ਵਾਸਤੇ ਜਾਂ ਛਾਂ ਥੱਲੇ ਤੁਸੀਂ ਖੜ੍ਹ ਜਾਓਗੇ। ਲਓ ਜੀ, ਰਾਤ ਅਸੀਂ ਇਹਨਾਂ ਮੰਜਿਆਂ ਦੇ ਉੱਤੇ ਪਏ ਸੀ, ਠੀਕ ਆ। ਉਹ ਪਰਲਾ ਮੰਜਾ ਸਿੱਧੂ ਦਾ ਆਹ ਮੇਰਾ, ਠੀਕ ਆ। ਆਲੇ ਦੁਆਲੇ ਦਾ ਤੁਹਾਨੂੰ ਮੈਂ ਮਾਹੌਲ ਦਿਖਾ ਦਾਂ ਇੱਕ ਵਾਰੀ। ਇੱਥੇ ਵੀ ਸੰਗਤ ਪਈ ਸੀ, ਠੀਕ ਆ। ਉੱਪਰ ਨਿੰਮ ਲੱਗਿਆ ਹੋਇਆ, ਇਹ ਸਾਰਾ ਗੁਰਦੁਆਰਾ ਸਾਹਿਬ ਦਾ ਵਿਊ ਆ, ਠੀਕ ਆ। ਪਿਛਲੇ ਪਾਸੇ ਸਰਾਵਾਂ ਨੇ, ਉਹ ਸੰਗਤ ਆਈ ਹੋਈ ਆ ਪੰਜਾਬ ਤੋਂ ਇੱਥੋਂ ਕਾਰ ਸੇਵਾ ਵਾਸਤੇ, ਸੇਵਾ ਕਰਨ ਵਾਸਤੇ। ਤਾਂ ਸਾਰੇ ਕਮਰੇ ਹਾਲ ਫੁੱਲ ਸੀ, ਵੈਸੇ ਵੀ ਇੱਥੇ ਥੋੜ੍ਹੇ ਜਿਹੇ ਰਹਿਣ ਦਾ ਪ੍ਰਬੰਧ ਘੱਟ ਸੀ, ਮਤਲਬ 20-22 ਕਮਰੇ ਹੋਣਗੇ, ਪਰ ਉਹ ਸਾਰੇ ਫੁੱਲ ਸੀ, ਮਤਲਬ ਜਿੰਨੇ ਵੀ ਇੱਥੇ ਹੈਗੇ ਨੇ। ਆਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਇੱਧਰਲੇ ਪਾਸੇ ਇੱਥੇ ਗੱਡੀਆਂ ਗੁੱਡੀਆਂ ਖੜੀਆਂ ਨੇ, ਇੱਥੇ ਅਸੀਂ ਪਏ ਸੀ। ਵਧੀਆ ਸੀ, ਕਿਵੇਂ ਰਿਹਾ ਸਿੱਧੂ ਫਿਰ ਰਾਤ? ਬਹੁਤ ਵਧੀਆ, ਤਾਰਿਆਂ ਦੇ ਥੱਲੇ ਸੁੱਤੇ, ਕਿੰਨੇ ਟਾਈਮ ਬਾਅਦ ਖੁੱਲ੍ਹਿਆ ਸਮਾਨ। ਤਾਰਿਆਂ ਥੱਲੇ ਪਿਆ ਸੀ ਕਿ ਨਿੰਮ ਥੱਲੇ? ਆਪਾਂ ਸਾਈਡ ਤੇ ਕਰ ਲਈ ਸੀ ਨਾ ਮੰਜੇ। ਅੱਛਾ, ਅਸੀਂ ਮੰਜੇ ਸਾਈਡ ਤੇ ਕਰ ਲਏ, ਕਿਉਂਕਿ ਛੋਟੇ ਹੁੰਦੇ ਪੜਦੇ ਹੁੰਦੇ ਸੀ ਨਾ ਦਰਖਤਾਂ ਥੱਲੇ ਸਮਾਨ। ਹਾਂ, ਕਹਿੰਦੇ ਰਾਤ ਨੂੰ ਦਰਖਤ ਜਿਹੜੇ ਹੁੰਦੇ ਨਾ ਕਾਰਬਨ ਡਾਈਆਕਸਾਈਡ ਛੱਡਦੇ ਨੇ, ਤੁਹਾਨੂੰ ਆਕਸੀਜਨ ਖਿੱਚਦੇ ਆ, ਕਹਿੰਦੇ ਸਾਹ ਲੈਣ 'ਚ ਪ੍ਰੋਬਲਮ ਆ ਸਕਦੀ ਆ। ਫਿਰ ਅਸੀਂ ਥੋੜ੍ਹਾ ਜਿਹਾ ਇੰਨੀ ਕੁ ਥਾਂ ਤੋਂ ਆਕਸੀਜਨ ਵਾਲਾ ਪਾਸਾ ਛੱਡ ਲਿਆ ਕਿ ਸਾਹ ਜਿਹਾ ਆਉਂਦਾ ਰਹੇ, ਠੀਕ ਆ। ਕੰਬਲ ਆਪਾਂ ਲੈ ਲਏ ਸੀ, ਸਲੀਪਿੰਗ ਬੈਗ ਸਾਡੇ ਕੋਲ ਹੈਗੇ ਨੇ, ਇਹਦੇ ਵਿੱਚ ਪਏ ਨੇ। ਆਹ ਸਾਡਾ ਪਿਆ ਟੈਂਟ, ਇਹ ਹਜੇ ਖੋਲ੍ਹੇ ਨਹੀਂ ਅਸੀਂ ਹਜੇ ਤੱਕ, ਰਾਤ ਲਾ ਸਕਦੇ ਸੀ। ਹਾਂ, ਕਿਉਂਕਿ ਜਿਹੜੇ ਸਲੀਪਿੰਗ ਬੈਗ ਨੇ ਉਹਨਾਂ 'ਚ ਸਾਨੂੰ ਨਿੱਘ ਰਹਿੰਦਾ, ਅਤੇ ਵਧੀਆ ਸੁੱਤੇ ਰਹੇ। ਮੱਛਰ ਹੈਗਾ ਜੀ ਥੋੜ੍ਹਾ ਜਿਹਾ, ਆਟੋਮੋਸ ਲਾ ਲਈ ਸੀ, ਫਿਰ ਵੀ ਕਰੀ ਗਿਆ ਮਾੜਾ ਮਾੜਾ ਭੀਂ ਭੀਂ। ਹੁਣ ਉੱਧਰ ਗੱਡੀਆਂ ਸਟਾਰਟ ਹੋ ਗਈਆਂ, ਉਹ ਗੱਡੀਆਂ ਜਿਹੜੀਆਂ ਹੈਗੀਆਂ ਨੇ ਨਾ, ਉਹ ਇੱਥੋਂ ਚੱਲੀਆਂ ਨੇ ਸਮਾਨ ਲੈਣ ਵਾਸਤੇ ਸ਼ਹਿਰ। ਉਹ ਵੀਡੀਓ ਨੂੰ ਜ਼ਰੂਰ ਦੇਖਿਓ ਨਾਲੇ ਗੁਰਦੁਆਰਾ
ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਨਾਲ ਨਾਲ ਇਤਿਹਾਸ ਵੀ ਦੱਸਦੇ ਨੇ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਸਮੇਂ ਇੱਥੇ ਆਏ ਸੀ, ਉੱਤਰਾਖੰਡ ਹੁੰਦੇ ਹੋਏ ਨਾਨਕ ਮੱਤਾ ਸਾਹਿਬ ਹੁੰਦੇ ਹੋਏ ਇੱਧਰਲੇ ਪਾਸੇ ਆਏ ਸੀ ਅਤੇ ਭਾਈ ਮਰਦਾਨਾ ਜੀ ਨਾਲ ਹੁੰਦੇ ਨੇ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਹੈ, ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਭੁੱਖ ਲੱਗੀ ਆ, ਤਾਂ ਗੁਰੂ ਨਾਨਕ ਦੇਵ ਜੀ ਉੱਥੇ ਅੱਕ ਦੇ ਬੂਟੇ ਲੱਗੇ ਹੁੰਦੇ ਨੇ, ਉਹਨਾਂ ਵਿੱਚੋਂ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਤੂੰ ਇੱਥੋਂ ਖੱਖੜੀਆਂ ਤੋੜ ਕੇ ਨਾ ਅੱਕ ਦੇ ਬੂਟੇ ਤੋਂ ਜਿਹੜੇ ਲੱਗੀਆਂ ਹੁੰਦੀਆਂ ਨੇ ਉਹਨੂੰ ਤੋੜ ਕੇ ਤੂੰ ਖਾ ਲਾ, ਉਹ ਜ਼ਹਿਰ ਵਰਗੇ ਕੌੜੇ ਹੁੰਦੇ ਨੇ। ਪਰ ਭਾਈ ਮਰਦਾਨਾ ਜੀ ਨੇ ਚਲੋ ਗੁਰੂ ਨਾਨਕ ਦੇਵ ਜੀ ਨੇ ਬਚਨਾਂ ਮੰਨ ਕੇ ਉਹਨਾਂ ਨੂੰ ਛੱਕ ਲਿਆ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਨਾਲ ਉਹ ਅੰਮ੍ਰਿਤ ਬਣ ਗਿਆ ਸੀ, ਇੱਕ ਤਰ੍ਹਾਂ ਦਾ ਮਿੱਠੇ ਹੋ ਗਏ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਇਹਨੂੰ ਤੂੰ ਨਾਲ ਨਾ ਬੰਨੀ, ਜਿੰਨਾ ਤੇਰੇ ਨੂੰ ਭੁੱਖ ਹੈਗੀ ਆ ਮਤਲਬ ਤੂੰ ਇੱਥੇ ਹੀ ਖਾ ਲਾ। ਪਰ ਭਾਈ ਮਰਦਾਨਾ ਜੀ ਅੱਖ ਬਚਾ ਕੇ ਉਹਨੂੰ ਨਾਲ ਬੰਨ ਲੈਂਦੇ ਨੇ, ਅੱਗੇ ਆ ਕੇ ਰਾਹ ਦੇ ਵਿੱਚ ਭਾਈ ਮਰਦਾਨਾ ਜੀ ਫਿਰ ਖਾ ਲੈਂਦੇ ਨੇ ਉਹਨੂੰ ਇੱਕ ਵਾਰੀ, ਜਦੋਂ ਇੱਕ ਵਾਰੀ ਦੁਬਾਰਾ ਫਿਰ ਖਾ ਲੈਂਦੇ ਨੇ ਭਾਈ ਮਰਦਾਨਾ ਜੀ ਦਾ ਨਾ ਢਿੱਡ ਦੁਖਣ ਲੱਗ ਜਾਂਦਾ, ਪੇਟ ਦਰਦ ਹੋਣ ਲੱਗ ਜਾਂਦਾ। ਫਿਰ ਜਦੋਂ ਉਹ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਕਿ ਮੇਰਾ ਢਿੱਡ ਦਰਦ ਹੋਣ ਲੱਗ ਗਿਆ, ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕਿਹਾ ਵੀ ਤੈਨੂੰ ਨਾਲ ਨਹੀਂ ਬੰਨਣ ਨੂੰ ਕਿਹਾ ਸੀ ਇਹ ਚੀਜ਼ਾਂ। ਫਿਰ ਉੱਥੇ ਕਹਿੰਦੇ ਅੱਕ ਦੇ ਬੂਟੇ ਵੀ ਲੱਗੇ ਹੋਏ ਸੀ ਜਿੱਥੇ ਆਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਤਾਂ ਗੁਰੂ ਨਾਨਕ ਦੇਵ ਜੀ ਨੇ ਇੱਥੋਂ ਇੱਕ ਅੱਕ ਦਾ ਬੂਟਾ ਆਪਣੇ ਹੱਥਾਂ ਅੱਕ ਦੇ ਬੂਟੇ ਤੋਂ ਅੱਕ ਤੋੜ ਕੇ, ਇੱਕ ਖੱਖੜੀ ਤੋੜ ਕੇ ਆਪਦੇ ਹੱਥਾਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਦਿੱਤੀ ਖਾਣ ਵਾਸਤੇ। ਅਤੇ ਜਦੋਂ ਭਾਈ ਮਰਦਾਨਾ ਜੀ ਨੇ ਉਹ ਚੀਜ਼ ਨੂੰ ਖਾਧਾ, ਉਹ ਅੱਕ ਦੇ ਬੂਟੇ ਜੋ ਖੱਖੜੀ ਤੋੜ ਕੇ ਖਾਧੀ ਹੈ ਨਾ, ਫਿਰ ਭਾਈ ਮਰਦਾਨਾ ਜੀ ਦਾ ਜਿਹੜਾ ਦਰਦ ਸੀ ਉਹ ਠੀਕ ਹੋ ਗਿਆ ਸੀ। ਫਿਰ ਉਸੇ ਚੀਜ਼ ਕਰਕੇ ਜਾਂ ਉਸੇ ਸਾਖੀ ਕਰਕੇ ਉਸੇ ਇਤਿਹਾਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਅੱਕ ਸਾਹਿਬ ਰੱਖਿਆ ਗਿਆ। ਠੀਕ ਆ ਜੀ, ਪੋਕਰਨ ਦੇ ਵਿੱਚ ਇਹ ਪੈਂਦੀ ਆ ਜਗ੍ਹਾ, ਅਤੇ ਇਸ ਸ਼ਹਿਰ ਦੇ ਵਿੱਚ ਸਿੱਖਾਂ ਦਾ ਕੋਈ ਵੀ ਘਰ ਨਹੀਂ ਹੈਗਾ। ਠੀਕ ਆ ਜੀ, ਪਟਿਆਲੇ ਵਾਲੇ ਬਾਬਾ ਜੀ ਕਾਰ ਸੇਵਾ ਵਾਲੇ ਹੈਗੇ ਨੇ, ਅਮਰੀਕ ਸਿੰਘ ਜੀ, ਉਹਨਾਂ ਦੇ ਅੰਡਰ ਸਾਰਾ ਇਹ ਦੇਖ ਰੇਖ ਚੱਲਦੀ ਆ। ਆ ਸਾਰਾ ਆਲੇ ਦੁਆਲੇ ਸ਼ਹਿਰ ਦਾ ਵਿਊ ਆ, ਪੋਕਰਨ ਕਾ ਸੋਹਣਾ ਸ਼ਹਿਰ ਆ, ਕਸਬਾ ਬਣਿਆ ਹੋਇਆ ਇੱਕ ਛੋਟਾ ਜਿਹਾ, ਪਰ ਸਿੱਖਾਂ ਦਾ ਇੱਥੇ ਕੋਈ ਪਰਿਵਾਰ ਵੀ ਨਹੀਂ ਹੈਗਾ। ਠੀਕ ਆ, ਅਤੇ ਇਹ ਜ਼ਮੀਨ ਗੁਰਦੁਆਰਾ ਸਾਹਿਬ ਵਾਸਤੇ ਆਲੇ ਦੁਆਲੇ ਲੋਕਾਂ ਦੇ ਘਰਾਂ ਤੋਂ ਉਹਨਾਂ ਨੂੰ ਪੈਸੇ ਦੇ ਕੇ ਖਰੀਦੀ ਗਈ ਆ। ਠੀਕ ਆ ਜੀ, ਇਹ ਸਾਰਾ ਇਤਿਹਾਸ ਆ, ਵੀਡੀਓ ਨੂੰ ਸ਼ੇਅਰ ਕਰ ਦਿਓ। ਗੁਰਦੁਆਰਾ ਦਾ ਨਾਮ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦਾ, ਗੁਰਦੁਆਰਾ ਅੱਕ ਸਾਹਿਬ। ਠੀਕ ਆ ਜੀ, ਪੰਜਾਬ ਤੋਂ ਸੰਗਤ ਇੱਥੇ ਆਉਂਦੀ ਰਹਿੰਦੀ ਹੈ ਕਾਰ ਸੇਵਾ ਵਾਸਤੇ। ਹੁਣ ਵੀ ਇੱਕ ਜਥਾ ਆਇਆ ਹੋਇਆ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ, ਸੰਗਰੂਰ ਜ਼ਿਲ੍ਹੇ ਦੇ ਵਿੱਚੋਂ, ਅਤੇ ਹੈ ਨਾ ਜਥਾ ਆਇਆ ਹੋਇਆ ਜਿਹੜੀ ਕਿ ਇੱਥੇ ਸੇਵਾ ਕਰਦੇ ਨੇ ਹਰ ਵਾਰ ਦੀ ਤਰ੍ਹਾਂ। ਅਤੇ ਉਹ ਜਥੇ ਬਾਬਾ ਜੀ ਤੋਂ ਅਸੀਂ ਪੁੱਛਿਆ ਸੀ, ਉਹ ਕਹਿੰਦੇ ਇਹ ਆਉਂਦੇ ਰਹਿੰਦੇ ਨੇ ਵਾਰੀ ਵਾਰੀ, ਕਦੇ ਕਿਹੜੇ ਜਥੇ ਦੀ ਸੇਵਾ ਲੱਗ ਗਈ, ਕਦੇ ਦੂਸਰੇ ਜਥੇ ਦੀ ਸੇਵਾ ਲੱਗ ਗਈ, ਅਤੇ ਉਹ ਇੱਥੇ ਆ ਕੇ ਸੇਵਾ ਕਰਦੇ ਰਹਿੰਦੇ ਨੇ। ਠੀਕ ਆ ਜੀ, ਨਿੱਕੇ ਮੋਟੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜਾ ਪਾਣੀ ਲੈ ਕੇ ਆਉਂਦੇ ਨੇ 5 ਕਿਲੋਮੀਟਰ ਦੀ ਦੂਰੀ ਤੋਂ ਲੈ ਕੇ ਆਉਂਦੇ ਨੇ, ਟੈਂਕਰ ਭਰ ਕੇ ਲੈ ਕੇ ਆਉਂਦੇ ਨੇ। ਅਸੀਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ, ਵਾਸ਼ਰੂਮ ਵਾਲੀ ਸਾਈਡ ਨਾਲ ਲਿਖਿਆ ਵੀ ਹੋਇਆ ਵੀ ਪਾਣੀ ਨੂੰ ਭਾਈ ਧਿਆਨ ਨਾਲ ਵਰਤੋ, ਇਹ 5 ਕਿਲੋਮੀਟਰ ਦੀ ਦੂਰੀ ਤੋਂ ਲਿਆਂਦਾ ਜਾਂਦਾ। ਠੀਕ ਆ, ਜਿਹੜੀ ਕਿ ਬਹੁਤ ਮਤਲਬ ਵੱਡੀ ਗੱਲ ਆ ਕਿ ਇੱਥੇ ਪਾਣੀ ਦੀ ਇੰਨੀ ਪ੍ਰੋਬਲਮ ਆ, ਫਿਰ ਵੀ ਗੁਰੂ ਘਰ ਦੇ ਵਿੱਚ ਠੀਕ ਆ ਇਹ ਚੀਜ਼ ਜਿਹੜੀ ਹੈਗੀ ਆ ਕੈਂਟਰ ਕੁੰਟਰ ਭਰ ਕੇ ਲਿਆਂਦੇ ਜਾਂਦੇ ਨੇ। ਜਿਹੜੀ ਇੱਥੇ ਖੇਤੀ ਹੁੰਦੀ ਆ ਗੁਰੂ ਘਰ ਦੇ ਵਿੱਚ, ਜਿਹੜੇ ਬੂਟੇ ਲੱਗੇ ਨੇ ਜਾਂ ਕੁਛ ਵੀ ਲੱਗਿਆ ਨਾ, ਉਹ ਕੈਂਟਰਾਂ ਦੇ ਨਾਲ ਹੀ ਉਹਨਾਂ ਨੂੰ ਪਾਣੀ ਦਿੰਦੇ ਨੇ, ਅਸੀਂ ਉੱਧਰਲੇ ਪਾਸੇ ਦੇਖਿਆ ਵੀ ਸੀ। ਠੀਕ ਆ, ਇਹ ਸਾਰਾ ਇਤਿਹਾਸ ਆ ਗੁਰਦੁਆਰਾ ਅੱਕ ਸਾਹਿਬ ਦਾ, ਪੋਕਰਨ, ਅਤੇ ਇਹ ਪੈਂਦਾ ਜੀ ਜੈਸਲਮੇਰ ਦੇ ਵਿੱਚ। ਠੀਕ ਆ, ਰਾਤ ਆਪਾਂ ਇੱਥੇ ਰਹੇ ਹਾਂ ਅਤੇ ਪ੍ਰਸ਼ਾਦਾ ਪਾਣੀ ਵਧੀਆ ਸੀ ਸਾਰਾ, ਮਤਲਬ ਵਧੀਆ ਆਨੰਦ ਆਇਆ ਇੱਥੇ ਰਹਿ ਕੇ। ਅਤੇ ਇਸ ਤੋਂ ਬਾਅਦ ਫਿਰ ਆਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਇਹੀ ਬਿਲਡਿੰਗ ਦੇ ਦਰਸ਼ਨ ਕਰ ਰਹੇ ਹੋ ਜੀ, ਅਤੇ ਇੱਧਰਲੇ ਪਾਸੇ ਆ ਸਾਰੀ ਸਰਾਂ। ਠੀਕ ਆ, ਰਹਿਣ ਵਾਸਤੇ ਉਹ ਸਾਹਮਣੇ ਲੰਗਰ ਹਾਲ ਆ। ਠੀਕ ਆ, ਇਹ ਸਰਾਂ ਦੇ ਉੱਪਰਲੇ ਪਾਸੇ ਵੀ ਕਮਰੇ ਨੇ, ਨੀਚੇ ਪਾਸੇ ਵੀ ਕਮਰੇ ਨੇ, ਬਸ ਰਾਤ ਸੰਗਤ ਜ਼ਿਆਦਾ ਹੋਣ ਕਰਕੇ ਨਾ ਇੱਥੇ ਥਾਂ ਨਹੀਂ ਸੀ ਕੋਈ, ਅਤੇ ਸਾਨੂੰ ਫਿਰ ਬਾਹਰ ਮੰਜਾ ਲਾਤਾ ਸੀ। ਦੇਖੋ, ਇੱਥੇ ਲਿਖਿਆ ਵੀ ਹੋਇਆ ਵੀ ਪਾਣੀ 5 ਕਿਲੋਮੀਟਰ ਸੇ ਲਾਇਆ ਜਾਤਾ ਹੈ, 5 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਂਦੇ ਨੇ ਇੱਥੇ। ਇਸ ਗੁਰੂ ਘਰ ਦੇ ਵਿੱਚ ਪਾਣੀ ਦਾ ਪ੍ਰਬੰਧ, ਮਤਲਬ ਇਸ ਜੈਸਲਮੇਰ ਜ਼ਿਲ੍ਹੇ ਦੇ ਵਿੱਚ ਵੀ ਪਾਣੀ ਦੀ ਇੰਨੀ ਜ਼ਿਆਦਾ ਕਿੱਲਤ ਆ, ਤਾਂ ਇਸ ਕਰਕੇ ਆਪਾਂ ਨੂੰ ਵੀ ਪੰਜਾਬ ਵਾਲਿਆਂ ਨੂੰ ਪਾਣੀ ਵੀ ਸੋਚ ਸਮਝ ਕੇ ਵਰਤਣਾ ਚਾਹੀਦਾ, ਨਹੀਂ ਇਹ ਵਾਲਾ ਹਾਲ ਆਪਣਾ ਵੀ ਹੋਣਾ। ਆਹ ਦੇਖੋ, ਇੱਥੇ ਲਿਖਿਆ ਹੋਇਆ ਹਿੰਦੀ ਦੇ ਵਿੱਚ ਗੁਰਦੁਆਰਾ ਅੱਕ ਸਾਹਿਬ। ਉਹ ਜੀ, ਹੁਣ ਪਹੁੰਚ ਗਏ ਆਪਾਂ ਢਾਬੇ 'ਤੇ, ਜੈ ਮਾਂ ਬਹਾਦਰੀਆ ਰਾਏ ਹੋਟਲ। ਠੀਕ ਆ, ਜ਼ਿਆਦਾਤਰ ਇੱਥੇ ਹੋਟਲ ਨਾ, ਕਿਉਂਕਿ ਰਾਜਸਥਾਨ ਜਿਹੜਾ ਹੈਗਾ ਮੰਦਰਾਂ ਦਾ ਗੜ੍ਹ ਆ ਬਹੁਤ ਵੱਡਾ, ਅਤੇ ਜ਼ਿਆਦਾ ਇੱਥੇ ਰੈਸਟੋਰੈਂਟ ਮੰਦਰਾਂ ਦੇ ਨਾਮ 'ਤੇ ਬਣੇ ਹੋਏ ਨੇ। ਠੀਕ ਆ, ਅਤੇ ਉਹ ਰੋਡ ਜਾਂਦੀ ਆ ਜੀ ਉੱਧਰ ਪੋਕਰਨ ਨੂੰ, ਇੱਧਰ ਜੈਸਲਮੇਰ ਨੂੰ। ਪੋਕਰਨ ਤੋਂ ਆਪਾਂ ਨਿਕਲ ਗਏ ਸੀ, ਅਤੇ ਹੁਣ ਆਪਾਂ ਇੱਥੇ ਬਾਈ ਨੂੰ ਚਾਹ ਪੀਂਦੇ ਹਾਂ। ਬਾਈ, 2 ਕੱਪ ਲਗਾ ਦਿਓ ਹੈ ਨਾ ਚਾਏ ਯਾਰ। ਚਾਏ ਕਾ ਸਾਈਜ਼ ਵੀ ਹੈ ਕੋਈ ਛੋਟਾ ਬੜਾ? ਕਟਿੰਗ ਨਹੀਂ, ਫੁੱਲ ਚਾਹੀਏ, ਫੁੱਲ ਬਾਈ ਲਗਾ, ਕੱਪ ਮੇ ਲਗਾ ਦਿਓ ਚਾਏ। ਇਹ ਨਾ ਇੱਕ ਹੋਰ ਰਿਵਾਜ਼ ਆ ਵੀ ਇੱਥੇ ਨਾ ਚਾਹ 'ਚ ਆਦਾ ਪਾਉਂਦੇ ਨੇ, ਅਤੇ ਇਹ ਮਾਂ ਦੇ ਪੁੱਤਾਂ ਨੇ ਇੰਨਾ ਕੁ ਆਦਾ ਪਾਤਾ, ਸਾਨੂੰ ਐਂ ਲੱਗਦਾ ਵੀ ਅਸੀਂ ਆਦੇ ਦਾ ਜੂਸ ਪੀ ਜਾਂਦੇ ਹਾਂ ਵੀ ਚਾਹ ਨਹੀਂ ਹੈਗੀ ਕਿਵੇਂ। ਮੈਂ ਕਿਹਾ ਜਨਮਾਂ ਜਨਮਾਂ ਦੀ ਖੁਸ਼ਕੀ ਤੇ ਜਨਮਾਂ ਜਨਮਾਂ ਦੀ ਖੰਘ ਚੁਕਾਉਣਗੇ ਬਾਈ, ਕਿਲੋ 50 ਰੁਪਈਆਂ ਦਾ ਆਦਾ ਜਿਵੇਂ ਪੈਂਦਾ। ਕਹਿੰਦਾ ਨੀ ਦੁਕਾਨ ਤੇ ਸਬਜ਼ੀ ਵਾਲੀ ਤੇ ਬਾਈ 50 ਦਾ ਆਦਾ ਪਾ ਦੇ, ਆਦਾ ਜਿਵੇਂ ਲਿਫਾਫੇ ਚ ਪਾਉਂਦੇ ਨੇ, ਇਹਨਾਂ ਨੇ 50 ਦਾ ਆਦਾ ਮੁਲਾ ਦਾ ਇਹ ਚ ਪਾਤਾ।
ਆਹ ਦੇਖੋ ਯਾਰ ਹੁਣ ਢਾਬੇ ਤੇ ਹੁਣ ਮੈਂ ਆਹ ਚੀਜ਼ ਦਿਖਾਉਣਾ ਦੇਖੀ ਕਛੂਏ ਨੇ ਇਹ ਬਾਈ ਹੱਥ 'ਚ ਚੱਕੀ ਆਉਂਦੀ ਮੈਂ ਕਿਉਂਕਿ ਪੱਥਰ ਲਈ ਜਾਂਦਾ ਕਿਸੇ ਤਰੀਕੇ ਦਾ ਆਹਦੇ ਦਾ ਬਾਈ ਕਛੂਏ ਨੇ ਨਾ ਸਿਰ ਆਪਦਾ ਅੰਦਰ ਕੀਤਾ ਹੋਇਆ ਵੈਸੇ ਜਦੋਂ ਇਹ ਡਰ ਜਾਂਦਾ ਹੁੰਦਾ ਨਾ ਕਛੂਆ ਉਹਦੇ ਉਦੋਂ ਸਿਰ ਅੰਦਰ ਕਰਦਾ ਉਹਦੇ ਹੁਣ ਮੈਂ ਨੇੜੇ ਜਾਂਦਾ ਨਾ ਇਹ ਸਾਦਾ ਸਿਰ ਅੰਦਰ ਕਰ ਲੈਂਦਾ ਕਛੂਏ ਨੇ ਇਹ ਜੇ ਇਹਨਾਂ ਨੇ ਬਾਹਰ ਕੱਢਿਆ ਸਿਰ ਫਿਰ ਤੁਹਾਨੂੰ ਦਿਖਾਉਂਗਾ ਮੈਂ ਹੁਣ ਇਹ ਗਰਦਨ ਕੱਢ ਲਈ ਇਹਨੇ ਧੁੱਪ ਸੇਕ ਲਈ ਚੱਲਣ ਲੱਗ ਗਿਆ ਉਹ ਹਜੇ ਵਿਚਾਰਾ ਧੁੱਪ ਸੇਕੀ ਜਾਂਦਾ ਮੌਸਮ ਇੱਧਰ ਵੀ ਠੀਕ ਠਾਕ ਆ ਸਵੇਰੇ ਸ਼ਾਮ ਦੀ ਠੰਡ ਹੁੰਦੀ ਆ ਨੇੜੇ ਕਰਕੇ ਤੁਹਾਨੂੰ ਦਿਖਾ ਰਿਹਾ ਇਹ ਨਾ ਖੀਰੇ ਟਮਾਟਰ ਖਾਂਦੇ ਨੇ ਬਾਈ ਨੇ ਕਿਹਾ ਖੀਰੇ ਤੇ ਟਮਾਟਰ ਕੱਕੜੀ ਕਹਿੰਦੇ ਨੇ ਇੱਧਰਲੇ ਪਾਸੇ ਹਾਂ ਤੇ ਹੁਣ ਧੁੱਪ ਸੇਕ ਰਿਹਾ ਬਾਈ ਕਹਿੰਦਾ ਉਹਨਾਂ ਪਰਾਂ ਨੂੰ ਜਾਣ ਨਹੀਂ ਦਿੰਦੇ ਜਾਣ ਲੱਗਦਾ ਫੜ ਲਈਦਾ ਜੈਸਲਮੇਰ ਪਹੁੰਚਣ ਤੋਂ 10 ਕਿਲੋਮੀਟਰ ਪਹਿਲਾਂ ਇੱਥੇ ਮਿਊਜ਼ੀਅਮ ਆ ਜਾਂਦਾ ਜੀ ਜਿਹਨੂੰ ਕਿ ਜੈਸਲਮੇਰ ਵਾਰ ਮਿਊਜ਼ੀਅਮ ਕਿਹਾ ਜਾਂਦਾ ਭਾਰਤ ਦੀ ਪਾਕਿਸਤਾਨ ਦੇ ਨਾਲ ਲੱਗੀ ਹੋਈ ਜੰਗ ਦੇ ਇੱਥੇ ਸਬੂਤ ਪਏ ਨੇ ਪਾਕਿਸਤਾਨ ਵਾਲੇ ਦੇ ਟੈਂਕ ਟੁੰਕ ਪਏ ਨੇ 30 ਰੁਪਏ ਟਿਕਟ ਲੱਗਦੀ ਆ ਤੁਸੀਂ ਅੰਦਰ ਆਰਾਮ ਨਾਲ ਵੀਡੀਓ ਬਣਾ ਸਕਦੇ ਹੋ ਠੀਕ ਆ ਇਹ ਰਾਹ ਦੇ ਵਿੱਚ ਆਇਆ ਸਾਡੇ ਅਤੇ ਇੱਥੋਂ ਜੈਸਲਮੇਰ ਹੈਗਾ ਸਾਰਾ 10 ਕਿਲੋਮੀਟਰ ਅਤੇ ਅਸੀਂ ਤੁਹਾਨੂੰ ਅੰਦਰੋਂ ਨਹੀਂ ਦਿਖਾਵਾਂਗੇ ਕਿਉਂਕਿ ਜਦੋਂ ਲੌਂਗੋਵਾਲੇ ਬਾਰਡਰ 'ਤੇ ਆਪਾਂ ਜਾਵਾਂਗੇ ਤਾਂ ਤੁਹਾਨੂੰ ਉਦੋਂ ਸਾਰੀਆਂ ਚੀਜ਼ਾਂ ਦਿਖਾਵਾਂਗੇ ਆਪਾਂ ਵੈਸੇ ਇਹ ਜੈਸਲਮੇਰ ਵਾਰ ਮਿਊਜ਼ੀਅਮ 30 ਰੁਪਏ ਟਿਕਟ ਆ ਸਕੂਲਾਂ ਜਵਾਕ ਜੂਕ ਆ ਜਾਏ ਨੇ ਸਕੂਲਾਂ ਦੇ ਜਵਾਕ ਜੂਕ ਆਏ ਹੋਏ ਨੇ ਵਧੀਆ ਚੀਜ਼ ਆ ਵੈਸੇ ਜਿਹਨੂੰ ਇੰਟਰਸਟ ਦੇਖ ਸਕਦੇ ਹੋ ਅਤੇ ਇੱਥੋਂ ਆਪਾਂ ਸਿੱਧਾ ਚੱਲਦੇ ਹਾਂ ਜੈਸਲਮੇਰ ਇੱਧਰ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਨਾ ਇਹ ਜੈਸਲਮੇਰ ਗੋਲਡਨ ਸਿਟੀ ਦਾ ਗੁਰਦੁਆਰਾ ਸਾਹਿਬ ਆ ਲੋਕਲ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਅਤੇ ਇੱਧਰਲੇ ਪਾਸੇ ਗੁਰੂ ਘਰ ਦੀਆਂ ਚਾਦਰਾਂ ਅੱਜ ਸਾਫ਼ ਸਫਾਈ ਦਾ ਕੰਮ ਚੱਲਦਾ ਇੱਧਰਲੇ ਪਾਸੇ ਰੁਮਾਲੇ ਹੈ ਧੋਤੇ ਹੋਏ ਨੇ ਲੰਗਰ ਚੱਲ ਰਿਹਾ ਸੀ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਅਤੇ ਬਾਬਾ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਕਮਰਾ ਤੁਹਾਨੂੰ ਆਪਾਂ ਦੇ ਦਿੰਦੇ ਹਾਂ ਇੰਨੇ ਪ੍ਰਸ਼ਾਦਾ ਪਾਣੀ ਛਕ ਲਓ ਠੀਕ ਆ ਅਤੇ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਇੱਥੇ ਆਪਾਂ ਕਮਰਾ ਲੈ ਕੇ ਥੋੜ੍ਹਾ ਜਿਹਾ ਆਰਾਮ ਕਰੀਏ ਹੱਥ ਮੂੰਹ ਧੋਂਦੇ ਹਾਂ ਠੀਕ ਆ ਬਿਲਕੁਲ ਉਹ ਤੋਂ ਬਾਅਦ ਜੈਸਲਮੇਰ ਦੀਆਂ ਸਾਰੀਆਂ ਵੀਡੀਓਜ਼ ਆਉਣ ਵਾਲੇ ਦਿਨਾਂ 'ਚ ਆ ਜਾਣਗੀਆਂ ਆਸੇ ਪਾਸੇ ਦੀਆਂ ਜਿਹੜੀਆਂ ਥਾਵਾਂ ਨੇ ਉਹ ਦਿਖਾ ਦਾਂਗੇ ਆਪਾਂ ਤੁਹਾਨੂੰ ਜਾ ਕੇ ਜ਼ਰੂਰ ਦੇਖ ਲਓ ਜੁੜੇ ਰਹੋ ਆਪਣੇ ਇਸ ਸਫ਼ਰ ਦੇ ਨਾਲ ਲੰਬਾ ਚੱਲਣਾ ਥੋੜ੍ਹਾ ਜਿਹਾ ਸਫ਼ਰ ਅਜੇ ਠੀਕ ਆ ਨੋਟ ਕਰ ਲਿਓ ਭਾਈ ਗੱਲ ਨੂੰ ਲਿਖ ਕੇ ਰੱਖੋ ਹੁਣ ਆਪਾਂ ਆ ਗਏ ਢਾਬੇ 'ਚ ਇੱਥੇ ਰੋਟੀ ਰੋਟੀ ਖਾ ਕੇ ਹੁਣ ਆਪਾਂ ਸੌਵਾਂਗੇ ਅਤੇ ਵੀਡੀਓ ਕਰਾਂਗੇ ਐਡਿਟ ਠੀਕ ਆ ਬਈ ਖਾਣਾ ਮਿਲ ਜਾਏਗਾ ਠੀਕ ਹੈ ਐਂ ਬਣਿਆ ਹੋਇਆ ਸਾਰਾ ਖਾਲੀ ਖਾਲੀ ਪਿਆ ਆਹ ਆਪਾਂ ਪਾਣੀ ਦੀਆਂ ਬੋਤਲਾਂ ਲੈ ਲਈਆਂ ਰੋਟੀ ਖਾਣ ਤੋਂ ਬਾਅਦ ਇਹ ਰਾਤ ਨੂੰ ਹੀ ਲੈ ਲਈ ਆਪਾਂ ਪਾਣੀ ਦੀਆਂ ਬੋਤਲਾਂ ਕਿਉਂਕਿ ਸਵੇਰੇ ਆਪਾਂ ਬਾਰਡਰ ਜਾਣਾ ਲੌਂਗੇਵਾਲ ਵਾਲੇ ਦੇ ਅਤੇ ਉਹ ਸਾਰਾ ਬਾਰਡਰ ਜਿਹੜਾ ਹੈਗਾ ਕਹਿੰਦੇ ਨਾ ਰੇਗਿਸਤਾਨ ਵਾਲਾ ਏਰੀਆ ਉੱਥੇ ਤੁਹਾਨੂੰ ਛੇਤੀ ਕਿਤੇ ਦੁਕਾਨ ਨਹੀਂ ਮਿਲਣੀ ਐਂ ਗੱਲਬਾਤ ਆ ਨਾ ਬਿਲਕੁਲ ਬਸ ਠੀਕ ਆ ਦਰਖਤ ਨਹੀਂ ਮਿਲਣਾ ਦਰਖਤ ਨਹੀਂ ਮਿਲਣਾ ਆਰਾਮ ਕਰਨ ਨੂੰ ਅਸੀਂ ਅੱਜ ਹੀ ਬੋਤਲਾਂ ਲੈ ਲਈਆਂ ਅਤੇ ਸਵੇਰੇ ਇਹਨੂੰ ਲੈ ਕੇ ਅਸੀਂ ਲੰਘ ਜਾਂਗੇ ਜਿੱਥੇ ਕਿੱਥੇ ਸਾਨੂੰ ਢਾਬਾ ਮਿਲੂਗਾ ਉੱਥੇ ਅਸੀਂ ਪਾਣੀ ਦੀ ਬੋਤਲ ਹੋਰ ਲੈ ਲਾਂਗੇ ਪਰ ਇੱਕ ਬੋਤਲ ਹੋਣੀ ਬਹੁਤ ਜ਼ਰੂਰੀ ਆ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨੂੰ ਕਮਰਾ ਮਿਲ ਗਿਆ ਤੁਸੀਂ ਵੀ ਇੱਥੇ ਰਹਿਣ ਆਉਣੇ ਹੋ ਨਾ ਹੋਟਲ ਵਗੈਰਾ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਕਈ ਵਾਰ ਮਹਿੰਗਾ ਪੈ ਜਾਂਦਾ ਤੁਸੀਂ ਗੁਰਦੁਆਰਾ ਸਾਹਿਬ ਰਹਿ ਸਕਦੇ ਹੋ ਕਮਰੇ ਇੱਥੇ ਹੁੰਦੇ ਨੇ ਸਸਤੇ ਮਿਲ ਜਾਂਦੇ ਨੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਠੀਕ ਆ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਆਪਾਂ ਰਾਤ ਕੱਟਾਂਗੇ ਕੱਲ੍ਹ ਨੂੰ ਫਿਰ ਆਪਾਂ ਹੁਣ ਆਪਾਂ ਜੈਸਲਮੇਰ ਦੇ ਕਿਲੇ ਦੀ ਵੀਡੀਓ ਆਊਗੀ ਅਗਲੇ ਦਿਨ ਠੀਕ ਆ ਜੀ ਉਸ ਤੋਂ ਬਾਅਦ ਫਿਰ ਅੱਗੇ ਲੌਂਗੋਵਾਲ ਦਾ ਬਾਰਡਰ ਆ ਜਿਹੜਾ ਸ਼ੇਰੋਂਗੋਲ ਆ ਹਨਾ ਲੌਂਗੋਵਾਲ ਦਾ ਬਾਰਡਰ ਆ ਵੈਸੇ ਲੌਂਗੇਵਾਲ ਦਾ ਆਪਣਾ ਲੌਂਗੋਵਾਲ ਤਾਂ ਸੰਗਰੂਰ ਜ਼ਿਲ੍ਹੇ 'ਚ ਹੋਰ ਆ ਉਹਦੀ ਵੀਡੀਓ ਆਊਗੀ ਵੀਡੀਓ ਨਾਲ ਜੁੜੇ ਰਿਹਾ ਕਰੋ ਰੋਜ਼ ਸਵੇਰੇ 9 ਵਜੇ ਆਇਆ ਕਰੂਗੀ ਅਤੇ ਰਾਹਗੀਰ ਟਰੈਵਲਰ ਚੈਨਲ ਇੰਸਟਾਗ੍ਰਾਮ ਤੇ ਯੂਟਿਊਬ ਤੇ ਬਾਈ ਨੂੰ ਵੀ ਫੋਲੋ ਕਰੋ ਅਤੇ ਸਿੱਖ ਟਰੈਵਲਰ ਚੈਨਲ ਆਈ ਡੀ ਮੇਰੀ ਆ ਜੀ ਆਪਣੇ ਇੰਸਟਾਗ੍ਰਾਮ ਦੇ ਉੱਤੇ ਉਹਨੂੰ ਵੀ ਜਾ ਕੇ ਫੋਲੋ ਕਰੋ ਨਵੀਆਂ ਨਵੀਆਂ ਅਪਡੇਟ ਮੈਸੇਜ ਵਗੈਰਾ ਕਰੋਗੇ ਜ਼ਰੂਰ ਉਹਦੇ ਉੱਤੇ ਅਸੀਂ ਰਿਪਲਾਈ ਕਰਦੇ ਹੁੰਦੇ ਹਾਂ ਠੀਕ ਆ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਅਤੇ ਨਵੀਂ ਵੀਡੀਓ ਦੇ ਨਾਲ ਕੱਲ੍ਹ ਨੂੰ ਹਾਜ਼ਰ ਹੁੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ